ਹਾਂਜੀ ਕਿੱਦਾਂ ਸਾਰੇ ਜਿਹੜੇ ਜੀ, ਅੱਜ ਆਪਾਂ ਚੱਲੇ ਸੀਗੇ ਜੀ ਅਨੰਦਪੁਰ ਸਾਹਿਬ। ਅੱਗੇ ਟਾਈਮ ਬਹੁਤ ਲੇਟ ਹੋ ਗਿਆ, ਅਸੀਂ ਸਾਡੇ ਨਾਲ ਦੇ ਬੰਦੇ ਆਏ ਨਹੀਂ ਅਤੇ ਬਾਕੀ ਭਰਾ ਹੁਣੇ ਤਾਂ ਆਪਣੇ ਤਿਆਰੇ ਬੈਠੇ ਆ। ਮਿਲੋ ਹਰਵਿੰਦਰ ਭਾਜੀ, ਜਸਦੀਪ ਭਾਜੀ, ਇੰਦਰ ਭਾਜੀ, ਹਰਜੋਤ ਭਾਈ, ਆਪਣੇ ਵੀ ਸ਼ਕਲ ਦਿਖਾਉਂਦਾ, ਤੁਹਾਨੂੰ ਦਿਖਾਉਂਦਾ ਤੂੰ ਤਾਂ ਮਿਲਦਾ ਰਹਿੰਦਾ ਤੁਹਾਨੂੰ। ਭਾਜੀ ਤੁਰਦੇ ਹੀ ਨੀ ਬੰਦੇ, ਇੰਨਾ ਕਰਕੇ ਲੇਟ ਹੋਏ ਆ ਸਾਰਿਆਂ ਕਰਕੇ। ਫੇਰ ਲਵਲੀ ਲੈਣ ਚੱਲ ਗਏ, ਮੁੰਡੇ ਦਾ ਮੂੰਹ ਦੇਖੋ, ਰੰਗ ਮਸੀ ਰੰਗ ਲਾਇਆ, ਫੇਰ ਲਵਲੀ ਲੈਣ ਚੱਲ ਗਏ, ਸਾਰਾ ਹੀ ਮੁਕਾਤਾ ਭਾਈ, ਪਛਾਣੇ ਨੀ ਹੁੰਦਾ ਸੀ ਅੱਜ ਮਜਵੀ ਸਿੰਘ ਬਣਿਆ ਪੂਰਾ। ਰੱਖੋ ਰੱਖੋ ਕਦੇ ਤੇਰੀ ਫੋਟੋ ਪਹਿਲਾਂ ਖਿੱਚਦਾ ਕਾਲਿਆ, ਰੰਗ ਚਿੱਟਾ ਹੁੰਦਾ, ਰੰਗ ਚਿੱਟਾ ਹੁੰਦਾ। ਪਹੁੰਚ ਗਏ ਸੀ ਸਾਰੇ ਮੁੰਡੇ ਜੀ, ਪਰਨਾ ਬੰਨ ਹੋ ਰਿਹਾ ਜੀ ਮੁੰਡੇ ਦੇ, ਸਾਰੇ ਦੇ ਪਰਨੇ ਬੰਨੇ ਮੁੰਡੇ ਦੇ, ਸਾਰੇ ਜਣੇ ਪਹੁੰਚ ਗਏ ਜੀ। ਚਲੋ ਚਲੀਏ ਜੀ, ਮੁੰਡੇ ਤਿਆਰ ਹੋਏ ਆ ਅੱਜ ਸਾਰੇ ਜਣੇ, ਚਲੋ ਬੈਠੋ, ਚਲੋ ਚਲੀਏ ਬੈਠੋ, ਚਲੋ ਚਲੋ ਗੱਪੀਆ ਕੀ ਹੋਇਆ ਮੁੱਕਰ ਗਏ ਲੱਕੀ ਬਦਮਾਸ਼ ਕੀ ਵਾ ਪਈ ਆ ਜਾ, ਪਹਿਲਾਂ ਪੌਣਾ ਕਿਲੋ ਨਾ ਲਿਆ ਕੇ ਦੋ ਮੋਸਟਰਾਈਜ਼ਰ ਲੱਗਣ, ਛੋਲੇ ਪੂਰੀ ਛਕੋ ਜਲਦੀ। ਹੈਲੋ, ਚਲੋ ਉਤਰੋ, ਬਹਿ ਗਏ ਆਪਣੀ ਜਗ੍ਹਾ ਤੇ। ਸਬਜ਼ੀ
ਦੇਖਿਆ ਹੀ ਐ ਮੈਨੂੰ ਉਹਨਾਂ ਨੇ ਹੋ ਟੋਪੀ ਵਾਜੋ ਚਲੋ ਜੀ ਚੱਲੀਏ ਬੈਟਰ ਹੋ ਗਿਆ ਤਿਆਰ ਕਰ ਗਈ ਟਰੈਕਟਰ ਨੂੰ ਹੱਥ ਖੜੇ ਆ ਇਹਨਾਂ ਦੇ ਟੈਂਕੀ ਫੁੱਲ ਕਰਾਈਏ ਘੰਟੇ ਮੈਂ ਕਹਿੰਦਾ ਕੀਰਤਪੁਰ ਸਾਹਿਬ ਨੂੰ ਤਿੰਨ ਚਾਰ ਘੰਟੇ ਜਾਣ ਨੂੰ ਰਾਤ ਦੇ ਦੋ ਤਿੰਨ ਵੱਜ ਜਾਣੇ ਆ ਭਾਜੀ ਬੋਲੋ ਯਾਰ ਤੁਸੀਂ ਵੀ ਕੁਛ ਕੀ ਹੋਇਆ ਭਾਜੀ ਨੀਂਦ ਆਉਂਦੀ ਆ ਬੋਲੋ ਭਾਜੀ ਵਿੱਚ ਕੰਮੇ ਬੋਲਣਾ ਭਾਜੀ ਕੇਸਗੜ੍ਹ ਸਾਹਿਬ ਜਾਣ ਨਹੀਂ ਦਿੱਤਾ ਸੀਗਾ ਜੀ ਰਸ਼ ਬਹੁਤ ਆ ਜੀ ਦੇਖਦੇ ਰਾਤ ਨੂੰ ਜਾਂਦੇ ਹੁਣ ਚਲਗਾ ਫਾਟਕ ਲੱਗ ਗਿਆ ਲੱਗੇ ਜੀ ਸੌਣ ਸੌ ਮੁੰਡਿਓ ਤੜਕੇ ਉੱਠਣਾ ਤੂੰ ਭੈਣ ਚੋਂ ਕੰਮ ਸੁੱਤਾ ਰਹਿਣਾ ਤੂੰ ਕੰਮ ਦੇ ਜਾਣਾ ਤੈਨੂੰ ਕੀ ਮਾਰਨਾ ਸੀਗਾ ਓ ਚਲੋ ਗੁੱਡ ਨਾਈਟ ਕਹਿ ਦੋ ਜੀ ਕਹਿ ਗੁੱਡ ਨਾਈਟ ਕਹਿ ਗੁੱਡ ਨਾਈਟ ਕਹਿ ਗੁੱਡ ਨਾਈਟ ਗੁੱਡ ਨਾਈਟ ਲਵਪ੍ਰੀਤ ਸਿੰਘ ਜੀ ਗੁੱਡ ਨਾਈਟ ਹਾਂਜੀ ਸੁਆ ਤੁਹਾਨੂੰ ਗੱਲ ਇਹ ਨਹੀਂ ਕੋਈ ਹਾਂਜੀ ਅਜੇ ਕਹਿ ਓ ਬਾਜੀ ਆਸ਼ਕੀ ਗੁੱਡ ਨਾਈਟ ਗਾਇਸ ਗੁੱਡ ਨਾਈਟ ਚੰਗਾ ਜੀ ਕੱਲ ਨੂੰ ਮਿਲਦੇ ਫਿਰ ਇੱਕ ਨਵੇਂ ਵਲੌਗ ਦੇ ਵਿੱਚ ਕੱਲ ਨੂੰ ਦਿਖਾਉਂਦੇ ਬਾਕੀ ਮੱਥਾ ਜੀ ਕੱਲ ਨੂੰ ਟੇਕਾਂਗੇ ਹੁਣ ਦੇਖਦੇ